ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਘੀ ਅਤੇ ਵੱਡੀ ਖਬਰ ਮਿਸ ਨਾ ਹੋਵੇ। ਦੋਸਤੋ, ਸ਼ੁਰੂਆਤ ਕਰਦੇ ਹਾਂ ਬਿਗ ਬ੍ਰੇਕਿੰਗ ਨਿਊਜ਼ ਤੋਂ। ਪਿੰਡ ਡੁਮੇਲੀ ਦੇ ਵਿਖੇ ਟਰੈਕਟਰਾਂ ਦੀਆਂ ਦੌੜਾਂ ਦੌਰਾਨ ਬੇਕਾਬੂ ਟਰੈਕਟਰ ਬੱਚਿਆਂ ਤੇ ਚੜਿਆ। ਸੋ ਡੁਮੇਲੀ ਦੇ ਵਿੱਚ ਕਰਵਾਈਆਂ ਜਾ ਰਹੀਆਂ ਟਰੈਕਟਰਾਂ ਦੀਆਂ ਦੌੜਾਂ 'ਚ ਅੱਜ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਬੇਕਾਬੂ ਹੋਇਆ ਟਰੈਕਟਰ ਬੱਚਿਆਂ ਤੇ ਜਾ ਚੜਿਆ, ਜਿਸ ਨਾਲ ਕੁਝ ਬੱਚਿਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ, ਜਿਨ੍ਹਾਂ ਵਿੱਚੋਂ ਇੱਕ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਦੇਖਦਿਆਂ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਇਹ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਪ੍ਰਬੰਧਕਾਂ ਨੇ ਇਹ ਦੌੜਾਂ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਕਰਵਾਈਆਂ ਸੀ। ਮਾਮਲਾ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਨਹੀਂ ਸੀ। ਉਹਨਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ, ਕੁਝ ਟਰੈਕਟਰ ਪ੍ਰਬੰਧਕਾਂ ਨੂੰ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਬਾਕੀ ਜ਼ਖਮੀਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਇਸ ਸੰਬੰਧੀ ਕੇਸ ਦਰਜ ਕਰ ਲਿਆ ਹੈ। ਬਿਨਾਂ ਮਨਜ਼ੂਰੀ ਤੋਂ ਕਰਵਾਈਆਂ ਜਾ ਰਹੀਆਂ ਦੌੜਾਂ ਦੇ ਬਾਰੇ ਪੁਲਿਸ ਬੇਖਬਰ ਆ ਅਤੇ ਦੇਰ ਸ਼ਾਮ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਚਰਚਾ ਬਣੀ ਹੋਈ ਆ। ਕਿਸ ਤਰ੍ਹਾਂ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਬੇਖੌਫ ਹੋ ਕੇ ਟਰੈਕਟਰਾਂ ਦੀਆਂ ਦੌੜਾਂ ਕਰਵਾਈਆਂ ਜਾ ਰਹੀਆਂ ਨੇ। ਦੂਜੇ ਪਾਸੇ ਇਹ ਵੀ ਸਵਾਲ ਬਣਦਾ ਕਿ ਵੀਡੀਓ ਮੁਤਾਬਕ ਇੰਨੇ ਵੱਡੇ ਸਮਾਗਮ ਸੰਬੰਧੀ ਪੁਲਿਸ ਨੂੰ ਕੋਈ ਸੂਚਨਾ ਨਹੀਂ ਸੀ। ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਕੌਣ ਬਣੇਗਾ ਲੋਕ ਸਭਾ ਸਪੀਕਰ? ਆਪ ਸਹਿਮਤੀ ਨਾ ਬਣਨ ਤੇ ਵਿਰੋਧੀ ਧਿਰ ਦੇ ਸਪੀਕਰ ਦੇ ਅਹੁਦੇ ਲਈ ਉਤਾਰੇਗੀ ਉਮੀਦਵਾਰ ਲੋਕ ਸਭਾ ਦੇ ਵਿੱਚ। ਸੰਸਦ ਦਾ ਪਹਿਲਾ ਸੈਸ਼ਨ 24 ਜੂਨ ਤੋਂ ਸ਼ੁਰੂ ਹੋਵੇਗਾ, 3 ਜੁਲਾਈ ਤੱਕ ਚੱਲੇਗਾ। ਇਸ ਦੌਰਾਨ ਨਵੀਂ ਲੋਕ ਸਭਾ ਸਪੀਕਰ ਦੀ ਚੋਣ 26 ਜੂਨ ਨੂੰ ਹੋਣੀ ਹੈ। ਭਾਵੇਂ ਪਿਛਲੇ 2 ਵਾਰ ਲੋਕ ਸਭਾ ਸਪੀਕਰ ਦੀ ਚੋਣ ਬਿਨਾਂ ਕਿਸੇ ਟਕਰਾਅ ਤੋਂ ਹੁੰਦੀ ਰਹੀ, ਪਰ ਇਸ ਵਾਰ ਚੋਣਾਂ 'ਚੋਂ ਮਜ਼ਬੂਤੀ ਨਾਲ ਉੱਭਰੀ ਵਿਰੋਧੀ ਧਿਰ ਨੇ ਸਾਰੇ ਲੋਕ ਸਭਾ ਡਿਪਟੀ ਸਪੀਕਰ ਦੇ ਅਹੁਦੇ ਲਈ ਦਾਅਵੇਦਾਰੀ ਸ਼ੁਰੂ ਕਰ ਦਿੱਤੀ ਆ। ਮੌਜੂਦਾ ਸੰਕੇਤਾਂ ਮੁਤਾਬਕ ਵਿਰੋਧੀ ਧਿਰ ਸਰਬਸੰਮਤੀ ਦੇ ਆਧਾਰ 'ਤੇ ਲੋਕ ਸਭਾ ਦੇ ਡਿਪਟੀ ਸਪੀਕਰ ਦੇ ਅਹੁਦੇ ਲਈ ਮੰਗ ਕਰੇਗੀ, ਪਰ ਜੇਕਰ ਸਹਿਮਤੀ ਨਾ ਬਣੀ ਤਾਂ ਲੋਕ ਸਭਾ ਸਪੀਕਰ ਲਈ ਵੀ ਆਪਣਾ ਉਮੀਦਵਾਰ ਖੜਾ ਕਰ ਸਕਦੀ ਆ। ਆਮ ਤੌਰ 'ਤੇ ਉਪ ਰਾਸ਼ਟਰਪਤੀ ਵਿਰੋਧੀ ਧਿਰ ਤੋਂ ਹੋਣ ਦੀ ਰਵਾਇਤ ਆ ਰਹੀ ਹੈ। ਇਸੇ ਦੌਰਾਨ ਲੋਕ ਸਭਾ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਕਾਂਗਰਸ ਡਿਪਟੀ ਸਪੀਕਰ ਦੇ ਅਹੁਦੇ ਨੂੰ ਲੈ ਕੇ ਆਪਣੇ ਸਹਿਯੋਗੀਆਂ ਨਾਲ ਗੱਲਬਾਤ ਸ਼ੁਰੂ ਕਰੇਗੀ। ਆਮ ਤੌਰ 'ਤੇ ਇਹ ਰਵਾਇਤ ਰਹੀ ਹੈ ਕਿ ਉਪ ਰਾਸ਼ਟਰਪਤੀ ਵਿਰੋਧੀ ਧਿਰ ਦਾ ਹੁੰਦਾ। ਇਸ ਵਾਰ ਲੋਕ ਸਭਾ ਦੇ ਵਿੱਚ ਸਥਿਤੀ ਬਹੁਤ ਬਦਲ ਗਈ ਆ। 10 ਸਾਲਾਂ ਬਾਅਦ ਸਦਨ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਹੋਵੇਗਾ। ਵਿਰੋਧੀ ਧਿਰ ਦੀ ਗਿਣਤੀ ਚੰਗੀ ਰਹੇਗੀ। ਅਜਿਹੇ ਵਿੱਚ ਉਹ ਹਰ ਮੌਕੇ ਦਾ ਫਾਇਦਾ ਉਠਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਵਿਰੋਧੀ ਧਿਰ ਦੇ ਗੱਠਜੋੜ ਨੂੰ 233 ਸੀਟਾਂ ਮਿਲੀਆਂ ਨੇ। ਇਕੱਲੀ ਕਾਂਗਰਸ ਦੇ ਕੋਲ 99 ਸੀਟਾਂ ਹਨ। ਲੋਕ ਸਭਾ ਦੇ ਡਿਪਟੀ ਸਪੀਕਰ ਦਾ ਅਹੁਦਾ 2019 ਦੇ ਵਿੱਚ ਖਾਲੀ ਸੀ। NHAI ਨੇ ਕੱਢੀਆਂ ਨਵੀਆਂ ਅਸਾਮੀਆਂ, ਮਿਲੇਗੀ ਚੰਗੀ ਤਨਖਾਹ। ਭਰਤੀ ਦੀ ਪ੍ਰਕਿਰਿਆ ਤੁਹਾਡੇ ਨਾਲ ਕਰਾਂਗੇ ਸਾਂਝੀ, ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ, ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਤੁਹਾਡਾ ਇੱਕ ਇੱਕ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ। ਹਰ ਪੜ੍ਹਿਆ ਲਿਖਿਆ ਨੌਜਵਾਨ ਇੱਕ ਚੰਗੀ ਨੌਕਰੀ ਕਰਨ ਦੀ ਇੱਛਾ ਰੱਖਦਾ ਅਤੇ ਇਸ ਤਰ੍ਹਾਂ ਇੱਕ ਬੱਜਵੀਂ ਆਮਦਨੀ ਦਾ ਸਾਧਨ ਬਣ ਜਾਂਦਾ। ਜੀਵਨ ਆਪਣੀ ਰਫ਼ਤਾਰ 'ਤੇ ਤੁਰਨ ਲੱਗਦਾ। ਜੇਕਰ ਤੁਸੀਂ ਅਜਿਹੀ ਨੌਕਰੀ ਦੀ ਭਾਲ ਵਿੱਚ ਹੋ ਤਾਂ
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਤੁਹਾਡੇ ਲਈ ਮੌਕਾ ਪੈਦਾ ਕਰ ਦਿੱਤਾ ਗਿਆ ਹੈ ਵੱਖ ਵੱਖ ਅਹੁਦਿਆਂ ਉੱਤੇ ਭਰਤੀ ਕਰਨ ਲਈ ਅਸਾਮੀਆਂ ਕੱਢੀਆਂ ਨੇ। ਯੋਗ ਉਮੀਦਵਾਰ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। NHAI ਦੀ ਭਰਤੀ ਬਾਰੇ ਤੁਹਾਨੂੰ ਦੱਸ ਦਈਏ ਜੀ, ਨੋਟਿਸ ਦੇ ਮੁਤਾਬਕ 9 ਅਸਾਮੀਆਂ ਭਰੀਆਂ ਜਾਣਗੀਆਂ। ਜਨਰਲ ਮੈਨੇਜਰ, 2 ਡਿਪਟੀ ਜਨਰਲ ਮੈਨੇਜਰ ਅਤੇ ਲੀਗਲ ਮੀਤ ਐਡਮਿਨਿਸਟ੍ਰੇਸ਼ਨ ਅਤੇ ਅਸਿਸਟੈਂਟ ਮੈਨੇਜਰ ਦੀ ਐਡਮਿਨਿਸਟ੍ਰੇਸ਼ਨ ਦੀਆਂ ਕ੍ਰਮਵਾਰ 3-3 ਅਸਾਮੀਆਂ ਹਨ। ਤੁਹਾਨੂੰ ਦੱਸ ਦਈਏ ਕਿ ਇਹਨਾਂ 'ਤੇ ਭਰਤੀ ਹੋਣ ਉਮੀਦਵਾਰਾਂ ਨੂੰ ਮੋਟੀ ਤਨਖਾਹ ਮਿਲੇਗੀ। 7ਵੇਂ CPC ਦੇ ਅਨੁਸਾਰ ਪੇ ਲੈਵਲ 1,23,000 ਤੋਂ ਲੈ ਕੇ 2,15,900 ਰੁਪਏ ਤੱਕ ਤਨਖਾਹ ਮਿਲੇਗੀ। ਲੋਕ ਸਭਾ ਸਪੀਕਰ ਦੇ ਅਹੁਦੇ ਨੂੰ ਲੈ ਕੇ ਮੱਚਿਆ ਘਮਾਸਾਨ। ਇੰਡੀਆ ਗੱਠਜੋੜ ਨੇ ਰੱਖ ਦਿੱਤੀ ਵੱਡੀ ਮੰਗ। JDU TPD ਸਪੀਕਰ ਦੇ ਅਹੁਦੇ 'ਤੇ ਭਾਜਪਾ ਨਾਲ ਹਨ। ਨਵੀਂ NDA ਸਰਕਾਰ ਦੇ ਗਠਨ ਤੋਂ ਬਾਅਦ ਕਿਆਸ ਲਾਏ ਜਾ ਰਹੇ ਹਨ ਕਿ JDU ਲੋਕ ਸਭਾ ਵਿੱਚ ਸਪੀਕਰ ਦੇ ਅਹੁਦੇ ਦੀ ਮੰਗ ਕਰ ਸਕਦੀ ਹੈ। ਸ਼ੁੱਕਰਵਾਰ ਨੂੰ JDU ਨੇ ਸਪਸ਼ਟ ਕੀਤਾ ਕਿ ਤੇਲਗੂ ਦੇਸ਼ਮ ਪਾਰਟੀ ਯਾਨੀ ਕਿ TDP ਅਤੇ JDU NDA ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਭਾਜਪਾ ਜਿਸ ਨੂੰ ਵੀ ਸਪੀਕਰ ਦੇ ਅਹੁਦੇ ਲਈ ਨਾਮਜ਼ਦ ਕਰੇਗੀ, ਦੋਵੇਂ ਪਾਰਟੀਆਂ ਉਸਦਾ ਸਮਰਥਨ ਕਰਦੀਆਂ। ਪਿਛਲੀ 2 ਵਾਰ ਭਾਜਪਾ ਦਾ ਦਬਦਬਾ ਸੀ ਅਤੇ ਭਾਜਪਾ ਨੇ ਆਪਣੇ ਦਮ 'ਤੇ ਬਹੁਮਤ ਹਾਸਲ ਕੀਤਾ ਸੀ, ਜਿਸ ਕਾਰਨ ਲੋਕ ਸਭਾ ਦੇ ਵਿੱਚ ਸਪੀਕਰ ਦੇ ਅਹੁਦੇ 'ਤੇ ਭਾਜਪਾ ਦਾ ਦਬਦਬਾ ਸੀ। ਹੁਣ ਨਹੀਂ ਚੱਲੇਗੀ ਸਦਨ ਦੇ ਵਿੱਚ ਭਾਜਪਾ ਦੀ ਮਨਜ਼ੂਰੀ। ਵਿਰੋਧੀ ਪਾਰਟੀਆਂ ਪਹਿਲਾਂ ਕਹਿ ਰਹੀਆਂ ਹਨ ਕਿ ਇਸ ਵਾਰ ਭਾਜਪਾ ਦਾ ਸਦਨ 'ਚੋਂ ਕੋਈ ਰਾਜ ਨਹੀਂ ਚੱਲੇਗਾ। 17ਵੀਂ ਲੋਕ ਸਭਾ ਕਾਰਜਕਾਲ 17 ਜੂਨ 2019 ਤੋਂ 5 ਜੂਨ 2024 ਤੱਕ ਸੀ। ਇਸ ਦੌਰਾਨ ਸੰਸਦ ਵਿੱਚ ਕਈ ਪ੍ਰਦਰਸ਼ਨ ਹੋਏ। ਅਜਿਹੇ ਮੌਕੇ ਆਏ ਜਦੋਂ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ। ਦਸੰਬਰ 2023 ਚ ਸਰਦ ਰੁੱਤ ਦੇ ਸੈਸ਼ਨ ਦੌਰਾਨ 146 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਮਾਮਲਾ ਟਰੱਕ 'ਚੋਂ ਡਰਾਈਵਰ ਦੀ ਲਾਸ਼ ਮਿਲਣ ਦਾ, ਪਤੀ ਪਤਨੀ ਨਿਕਲੇ ਟਰੱਕ ਡਰਾਈਵਰ ਦੇ ਕਾਤਲ, ਪੁਲਿਸ ਨੇ ਕੀਤੇ ਗ੍ਰਿਫਤਾਰ। ਪਿਛਲੇ ਦਿਨੀ ਪਿੰਡ ਪੱਖੀ ਖੁਰਦ ਨਜ਼ਦੀਕ ਮੇਨ ਸੜਕ 'ਤੇ ਖੜ੍ਹੇ ਟਰੱਕ 'ਚੋਂ ਡਰਾਈਵਰ ਦੀ ਲਾਸ਼ ਮਿਲਣ ਦੇ ਮਾਮਲੇ ਨੂੰ ਸੁਲਝਾਉਂਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਕਾਤਲ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਮੰਡ ਨੇ ਦੱਸਿਆ ਕਿ ਬੀਤੇ ਦਿਨੀ ਖੁੱਡੀ ਖੁਰਦ ਬਹਾਦਰ ਪਿੰਡ ਧੌਲਾ ਵਿਖੇ ਮੇਨ ਰੋਡ 'ਤੇ ਖੜ੍ਹੇ ਟਰੱਕ ਨੰਬਰ HR 38X07729 ਦੀ ਕੈਬਨ ਦੀ ਪਿਛਲੀ ਸੀਟ 'ਚ ਇੱਕ ਵਿਅਕਤੀ ਦੀ ਲਾਸ਼ ਮਿਲੀ, ਜਿਸ ਦੀ ਪਹਿਚਾਣ ਤਜਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਨੰਗਲਾ ਧਣੀ ਅਤੇ UP ਵਜੋਂ ਹੋਈ। ਮ੍ਰਿਤਕ ਦੇ ਭਰਾ ਪ੍ਰਵੇਸ਼ ਕੁਮਾਰ ਪੁੱਤਰ ਬਚਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਰੂੜੇ ਕਲਾਂ ਵਿੱਚ 8 ਜੂਨ ਨੂੰ ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ। ਵੱਖ ਵੱਖ ਟੀਮਾਂ ਬਣਾ ਕੇ ਪੜਤਾਲ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ। ਪੜਤਾਲ 'ਚੋਂ ਸਾਹਮਣੇ ਆਇਆ ਕਿ ਜਸਵੰਤ ਸਿੰਘ ਪੁੱਤਰ ਸੁਖਮੰਦਰ ਸਿੰਘ ਅੰਜੂ ਪਤਨੀ ਜਸਵੰਤ ਸਿੰਘ ਵਾਸੀ ਬੁਰਜ ਮਹਿਮਾ ਬਠਿੰਡਾ ਪਿੰਡ ਜੇਠੂਕੇ ਤੋਂ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਮੁਲਜ਼ਮਾਂ ਨੇ ਜੁਰਮ ਕਬੂਲ ਕਰਦਿਆਂ ਕਿਹਾ ਉਹਨਾਂ ਨੇ ਬਠਿੰਡਾ ਤੋਂ ਟਰੱਕ 'ਚੋਂ ਲਿਫਟ ਮੰਗੀ। ਤਪਾਂ ਨੇੜਿਓ ਇਹਨਾਂ ਨੇ ਡਰਾਈਵਰ ਤੋਂ ATM ਅਤੇ ਪੈਸੇ ਅਤੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਡਰਾਈਵਰ ਨੇ ਵਿਰੋਧ ਕੀਤਾ ਤਾਂ ਉਸਦੇ ਸਿਰ 'ਚੋਂ ਪਾਨਾ ਮਾਰਿਆ ਅਤੇ ਉਸਦਾ ਗਲਾ ਘੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਦੋਵੇਂ ਜਣੇ ਕਿਸੇ ਹੋਰ ਟਰੱਕ 'ਚੋਂ ਲਿਫਟ ਲੈ ਕੇ ਵਾਪਸ ਚਲੇ ਗਏ ਅਤੇ ਉਸਦਾ ਮੋਬਾਈਲ ਫੋਨ 1500 ਰੁਪਏ ਨਕਦੀ ਨਾਲ ਲੈ ਗਏ। ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਪੈਟਰੋਲ ਅਤੇ ਡੀਜ਼ਲ ਹੋਇਆ ਮਹਿੰਗਾ। ਚੋਣਾਂ ਤੋਂ ਬਾਅਦ 30% ਵਧੀਆਂ ਕਮੀਆਂ। ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਦੁੱਧ ਤੋਂ ਲੈ ਕੇ ਪੈਟਰੋਲ ਡੀਜ਼ਲ ਹਰ ਇੱਕ ਚੀਜ਼ ਦੀਆਂ ਕੀਮਤਾਂ ਵਧਣ ਦੀ ਖਬਰ ਆਉਣੀ ਸ਼ੁਰੂ ਹੋ ਗਈ ਆ। ਹੁਣ ਕਾਂਗਰਸ ਸ਼ਾਸਨ ਦੇ ਸੂਬੇ 'ਚੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚੋਂ 30% ਦਾ ਵਾਧਾ ਕੀਤਾ ਗਿਆ ਹੈ।
ਕਾਂਗਰਸ ਸ਼ਾਸਿਤ ਕਰਨਾਟਕ 'ਚ ਸੂਬਾ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਸੂਬਾ ਸਰਕਾਰ ਵੱਲੋਂ ਲਾਏ ਗਏ ਸੇਲ ਟੈਕਸ ਨੂੰ ਵਧਾਉਣ ਦਾ ਫੈਸਲਾ ਕੀਤਾ। ਨਵੀਆਂ ਟੈਕਸ ਦਰਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਨੇ। ਕਰਨਾਟਕ ਰਾਜ ਸਰਕਾਰ ਨੇ ਪੈਟਰੋਲ ਦੀ ਵਿਕਰੀ ਟੈਕਸ ਦਰ ਨੂੰ ਵਧਾ ਕੇ 29.84% ਕਰਨ ਦਾ ਫੈਸਲਾ ਕੀਤਾ, ਜਦਕਿ ਡੀਜ਼ਲ ਦੀ ਸੇਲ ਟੈਕਸ ਨੂੰ ਵਧਾ ਕੇ 18.44% ਕਰ ਦਿੱਤਾ ਹੈ। ਟੈਕਸ ਦੇ ਵਾਧੇ ਤੋਂ ਬਾਅਦ ਪੈਟਰੋਲ 3 ਰੁਪਏ ਅਤੇ ਡੀਜ਼ਲ 3.22 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਜਾਵੇਗਾ। ਖੰਨਾ ਦੇ ਵਿੱਚ ਦੁਕਾਨਦਾਰ ਨੇ 5 ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ। ਖੰਨਾ ਦੇ ਪਿੰਡ ਬਿੰਜਾ 'ਚ 5 ਸਾਲ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਦੀ ਘਟਨਾ ਸਾਹਮਣੇ ਆਈ ਹੈ। ਦੁਕਾਨਦਾਰ ਮਾਸੂਮ ਬੱਚੀ ਨੂੰ ਟੌਫੀਆਂ ਦਾ ਲਾਲਚ ਦੇ ਕੇ ਦੁਕਾਨ ਅੰਦਰਲੇ ਬਾਥਰੂਮ 'ਚੋਂ ਲੈ ਗਿਆ ਅਤੇ ਘਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ। ਜਦੋਂ ਬੱਚੀ ਘਰੇ ਗਈ ਤਾਂ ਉਸਨੂੰ ਬਾਥਰੂਮ ਨਾਲ ਖੂਨ ਆਉਣਾ ਸ਼ੁਰੂ ਹੋ ਗਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਲੜਕੀ ਨੂੰ ਪੁੱਛਿਆ ਤਾਂ ਉਸਨੇ ਹੰਝੂ ਭਰੀ ਗੱਲ ਸਾਰੀ ਆਪਣੀ ਮਾਂ ਨੂੰ ਦੱਸੀ। ਇਸ ਤੋਂ ਬਾਅਦ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੁਲਜ਼ਮ ਦੁਕਾਨਦਾਰ ਦੇ ਖਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ। ਉਸ ਦੀ ਪਹਿਚਾਣ 34 ਸਾਲਾ ਕੁਲਦੀਪ ਸਿੰਘ ਦੇ ਵਜੋਂ ਹੋਈ ਹੈ ਅਤੇ ਉਸਨੇ ਪਹਿਲਾਂ ਵੀ ਇੱਕ ਵਾਰ ਗੰਦਾ ਕੰਮ ਕੀਤਾ ਸੀ। ਉਸਨੇ ਗਲਤ ਇਰਾਦੇ ਨਾਲ ਕੁੜੀ ਦਾ ਹੱਥ ਫੜ ਲਿਆ ਸੀ ਜਦੋਂ ਉਸਨੇ ਵਿਰੋਧ ਕੀਤਾ ਤਾਂ। ਜੇਕਰ ਉਸਨੂੰ ਅਜਿਹਾ ਲੱਗਦਾ ਤਾਂ ਉਸਦੀ ਦੁਕਾਨ 'ਤੇ ਨਾ ਆਵੇ, ਦੁਕਾਨ 'ਤੇ ਜਾਣਾ ਬੰਦ ਕਰ ਦਿੱਤਾ। ਪਰ ਇਸ ਦੇ ਬਾਵਜੂਦ ਜਦੋਂ ਵੀ ਉਹ ਕੰਮ 'ਤੇ ਜਾਂਦੀ ਤਾਂ ਦੁਕਾਨਦਾਰ ਉਸਦੇ ਘਰ ਆ ਕੇ ਲੜਕੀ ਨੂੰ ਚੌਕਲੇਟ ਅਤੇ ਟੌਫੀਆਂ ਦੇ ਜਾਂਦਾ। ਟੋਲ ਪਲਾਜ਼ਾ 10 ਮਹੀਨੇ ਪਹਿਲਾਂ ਬੰਦ ਹੋਣ ਦੇ ਬਾਵਜੂਦ ਕੰਪਨੀ ਨੇ ਨਹੀਂ ਚੁੱਕਿਆ ਸੜਕ ਤੋਂ ਮਲਬਾ। ਸੋ ਵੱਡੀ ਅਪਡੇਟ ਆ, ਪੱਖੋ ਕੈਂਚੀਆਂ ਨੇੜੇ ਗੈਰ ਕਾਨੂੰਨੀ ਲੱਗੇ ਟੋਲ ਪਲਾਜ਼ੇ ਨੂੰ ਪਟਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਡਾ ਵੱਲੋਂ 1 ਸਾਲ ਦੇ ਲਗਭਗ ਜ਼ਿਆਦਾ ਸੰਘਰਸ਼ ਕਰਦੇ ਹੋਏ ਟੋਲ ਪਲਾਜ਼ਾ ਹਟਾਇਆ ਗਿਆ। 10 ਮਹੀਨੇ ਪਹਿਲਾਂ ਬੰਦ ਹੋਣ ਦੇ ਬਾਵਜੂਦ ਕੰਪਨੀ ਨੇ ਟੋਲ ਪਲਾਜ਼ੇ ਦੇ ਥਾਂ ਤੋਂ ਸ਼ੈੱਡ ਅਤੇ ਹੋਰ ਸਮਾਨ ਨੂੰ ਖੜਨ ਉਪਰੰਤ ਸੜਕ 'ਤੇ ਬਚਿਆ ਮਲਬਾ ਨਹੀਂ ਚੁੱਕਿਆ ਅਤੇ ਨਾ ਹੀ ਸੜਕ 'ਤੇ ਬਣੇ ਖੱਡੇ ਭਰੇ, ਜਿਸ ਕਾਰਨ ਕ੍ਰਮਵਾਰ ਇੱਥੇ ਹਾਦਸੇ ਵਾਪਰ ਰਹੇ ਹਨ। ਟੋਲ ਪਲਾਜ਼ਾ ਕੰਪਨੀ ਵੱਲੋਂ ਸਿਰਫ ਮਿੱਟੀ ਦੇ ਭਰੇ ਬੋਰੇ ਰੱਖ ਕੇ ਸੜਕ ਦੇ ਬਣੇ ਖੱਡਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਯੂਨੀਅਨ ਦੇ ਸੰਘਰਸ਼ ਉਪਰੰਤ ਟੋਲ ਪਲਾਜ਼ਾ ਕੰਪਨੀ ਨੇ ਟੋਲ ਪਲਾਜ਼ਾ ਅਗਸਤ 2023 ਦੇ ਵਿੱਚ ਬੰਦ ਕਰ ਦਿੱਤਾ ਸੀ। ਲੰਘੀਆਂ ਸਰਦੀਆਂ ਤੋਂ ਪਿੰਡ ਮੱਲੀਆਂ ਨੇੜੇ ਨਵਾਂ ਟੋਲ ਪਲਾਜ਼ਾ ਬੰਦ ਦੀ ਥਾਂ 'ਤੇ ਲਾਏ ਜਾਣ ਦਾ ਕੰਮ ਆਰੰਭਿਆ ਹੋਇਆ, ਜੋ ਲਗਭਗ ਸਮਾਪਤ ਹੋਣ ਵਾਲਾ। ਟੋਲ ਕੰਪਨੀ ਨੇ ਪੱਖੋ ਕੈਂਚੀਆਂ ਵਾਲੀ ਥਾਂ ਤੋਂ ਆਪਣਾ ਲੋੜੀਂਦਾ ਸਮਾਨ ਤਾਂ ਚੱਕ ਲਿਆ, ਪਰ ਖਾਡਿਆਂ ਨੂੰ ਸੀਮਿੰਟ ਦੇ ਮਿਕਸਚਰ ਨਾਲ ਭਰਿਆ ਨਹੀਂ। ਕਈ ਥਾਵਾਂ 'ਤੇ ਲਾਏ ਗਏ ਸਰੀਏ ਵੀ ਉਸੇ ਤਰ੍ਹਾਂ ਹੀ ਖੜ੍ਹੇ ਹਨ। ਲੋੜ ਵਾਲੀਆਂ ਗੱਡੀਆਂ ਅਕਸਰ ਇਹਨਾਂ ਦੇ ਵਿੱਚ ਫਸ ਜਾਂਦੀਆਂ ਨੇ, ਜਿਨ੍ਹਾਂ ਨੂੰ ਮੁਸ਼ਕਲ ਨਾਲ ਕੱਢਿਆ ਜਾਂਦਾ ਹੈ। ਸਾਊਦੀ ਅਰਬ ਦਾ ਅਮਰੀਕਾ ਨੂੰ ਵੱਡਾ ਝਟਕਾ, 50 ਸਾਲ ਪੁਰਾਣੀ ਡੀਲ ਨੂੰ ਰੱਦ ਕਰਨ ਦਾ ਕੀਤਾ ਫੈਸਲਾ। ਸਾਊਦੀ ਅਰਬ ਨੇ ਅਮਰੀਕਾ ਨਾਲ 50 ਸਾਲ ਤੋਂ ਜਾਰੀ ਪੈਟਰੋ-ਡਾਲਰ ਸਿਸਟਮ ਐਗਰੀਮੈਂਟ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਦਾਅਵਾ ਕੀਤਾ 8 ਜੂਨ 1974 ਨੂੰ ਡੀਲ ਦੀ ਮਿਆਦ ਖਤਮ ਹੋ ਗਈ ਆ। ਸੋ 9 ਜੂਨ ਨੂੰ ਇਸ 'ਤੇ ਸਾਊਦੀ ਅਰਬ ਅਤੇ ਅਮਰੀਕਾ ਨੇ ਡੀਲ ਨੂੰ ਫਿਰ ਤੋਂ ਰੀਨਿਊ ਨਹੀਂ ਕੀਤਾ। ਅਗਲੇ 180 ਦਿਨਾਂ ਵਿੱਚ ਕਿਸੇ ਨੇ ਵੀ ਇਸ ਨੂੰ ਰੀਨਿਊ ਕੀਤਾ ਜਾ ਸਕਦਾ ਹੈ। ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਕਿ ਸਾਊਦੀ ਅਰਬ ਇਸ ਡੀਲ ਨੂੰ ਵਧਾਉਣ ਲਈ ਤਿਆਰ ਨਹੀਂ। ਹੁਣ ਅਜਿਹੇ ਵਿੱਚ ਸਾਊਦੀ ਅਰਬ ਆਪਣਾ ਤੇਲ ਕਿਸੇ ਵੀ ਕਰੰਸੀ ਵਿੱਚ ਵੇਚ ਸਕਦਾ। ਸਾਊਦੀ ਅਰਬ ਦੇ ਇਸ ਫੈਸਲੇ ਤੋਂ ਮੰਨਿਆ ਜਾ ਰਿਹਾ ਕਿ ਇਸ ਨਾਲ ਜੀਓ ਪੋਲੀਟੈਕਸ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮੰਨਿਆ ਜਾਵੇਗਾ। ਮੰਨਿਆ ਜਾ ਰਿਹਾ ਕਿ ਦੁਨੀਆ ਦੇ ਬਾਜ਼ਾਰ ਵਿੱਚ ਡਾਲਰ ਦੀ ਬਾਦਸ਼ਾਹਤ ਨੂੰ ਇਸ ਦੇ ਨਾਲ ਵੱਡਾ ਝਟਕਾ ਲੱਗ ਸਕਦਾ ਹੈ। ਸਾਊਦੀ ਤੇਲ ਦੇ ਸਿਰਫ ਡਾਲਰ ਵਿੱਚ ਵੇਚੇ ਜਾਣ ਦੀ ਵਜ੍ਹਾ ਨਾਲ ਦੁਨੀਆ ਭਰ 'ਚ ਇਸ ਦੀ ਡਿਮਾਂਡ ਬਰਕਰਾਰ ਰਹਿੰਦੀ। ਜੇਕਰ ਜ਼ਿਆਦਾ ਤੇਲ ਵੇਚਿਆ ਜਾਵੇ ਤਾਂ ਡਾਲਰ ਦੀ ਸਪਲਾਈ ਜ਼ਿਆਦਾ ਹੋਵੇਗੀ। ਤੇਲ ਉਤਪਾਦਨ 'ਚੋਂ ਗਿਰਾਵਟ ਦੀ ਵਜ੍ਹਾ ਨਾਲ ਰੇਟ ਵਧੇ ਤਾਂ ਡਾਲਰ ਦੀ ਕੀਮਤ ਵੱਧ ਜਾਂਦੀ ਹੈ। 4 ਧੀਆਂ ਦੇ ਪਿਓ ਦੀ ਕਰੰਟ ਲੱਗਣ ਨਾਲ ਹੋਈ ਮੌਤ। ਪਸ਼ੂਆਂ ਲਈ ਚਾਰਾ ਲੈਣ ਗਿਆ ਸੀ ਹਸ਼ਿਆਰਪੁਰ ਦੇ ਹਲਕੇ ਮੁਕੇਰੀਆਂ ਦੇ ਪਿੰਡ
ਸਿੰਘਪੁਰ ਜੱਟਾਂ ਦੇ ਇੱਕ ਕਿਸਾਨ ਦੀ ਖੇਤਾਂ ਦੇ ਵਿੱਚ ਪੱਠੇ ਕੱਟਣ ਵੇਲੇ ਕਰੰਟ ਲੱਗਣ ਨਾਲ ਮੌਤ ਹੋ ਗਈ। 2 ਦਿਨ ਪਹਿਲਾਂ ਦੇਰ ਰਾਤ ਆਈ ਤੇਜ਼ ਹਨੇਰੀ ਕਾਰਨ ਖੇਤਾਂ ਦੇ ਵਿੱਚ ਬਿਜਲੀ ਦੀਆਂ ਤਾਰਾਂ ਟੁੱਟ ਕੇ ਡਿੱਗੀਆਂ ਪਈਆਂ ਸੀ। ਮ੍ਰਿਤਕ ਪਸ਼ੂਆਂ ਲਈ ਚਾਰਾ ਜਦੋਂ ਮ੍ਰਿਤਕ ਪਸ਼ੂਆਂ ਦੇ ਲਈ ਚਾਰਾ ਲੈਣ ਨੇੜਲੇ ਖੇਤਾਂ ਵਿੱਚ ਗਿਆ ਤਾਂ ਤਾਰ ਦੇ ਨਾਲ ਟਕਰਾ ਜਾਣ ਕਾਰਨ ਉਸ ਦੀ ਮੌਤ ਹੋ ਗਈ। EVM ਹੈਕ ਹੋ ਸਕਦੀ ਆ, ਐਲਨ ਮਸਕ ਦਾ ਵੱਡਾ ਦਾਅਵਾ। ਦੁਨੀਆ ਦੇ ਸਭ ਤੋਂ ਅਮੀਰ ਸ਼ਖਸੀਅਤਾਂ ਵਿੱਚ ਸ਼ੁਮਾਰ ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲਨ ਮਸਕ ਨੇ ਸ਼ਨੀਵਾਰ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਹੈਰਾਨ ਹੈਕ ਕਰਨ ਵਾਲਾ ਦਾਅਵਾ ਕੀਤਾ। ਉਹਨਾਂ ਨੇ ਕਿਹਾ EVM ਹੈਕ ਹੋ ਸਕਦੀਆਂ ਨੇ, ਇਹਨਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ, EVM ਹਟਾਉਣ ਦੀ ਮੰਗ ਕੀਤੀ। SpaceX ਦੇ CEO ਐਲਨ ਮਸਕ ਦੀ ਇਹ ਟਿੱਪਣੀ ਅਮਰੀਕੀ ਰਾਸ਼ਟਰਪਤੀ ਲਈ ਆਜ਼ਾਦ ਉਮੀਦਵਾਰ ਰੋਬਰਟ FAA ਕੈਨੇਡੀ ਯੂਨੀਅਰ ਦੁਆਰਾ ਇੱਕ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੀਤੀ ਗਈ। ਕੰਗਣਾ ਨਾਲ ਉਹਦੇ ਥੱਪੜ ਮਾਰਨ ਵਾਲੀ ਮਹਿਲਾ ਸਿਪਾਹੀ ਨਾਲ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੀ ਕੀਤੀ ਮੁਲਾਕਾਤ। ਰਾਜਸਥਾਨ ਦੀ ਸਾਬਕਾ ਵਿਧਾਇਕ ਦਿਵਿਆ ਮਹੀਪਾਲ ਮਦਰੇਨਾ ਨੇ ਆਪਣੀ ਫੋਟੋ ਦੀ ਵਰਤੋਂ ਕਰਨ ਲਈ ਭਾਜਪਾ 'ਤੇ ਹਮਲਾ ਕੀਤਾ। ਕੁਝ ਸੋਸ਼ਲ ਮੀਡੀਆ ਹੈਂਡਲਸ ਗਾਂਧੀ ਪਰਿਵਾਰ ਦੀ ਇਸ ਤਸਵੀਰ ਨੂੰ ਸ਼ੇਅਰ ਕਰ ਰਹੇ ਹਨ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਕਿ ਗਾਂਧੀ ਪਰਿਵਾਰ 'ਚੋਂ ਤਸਵੀਰ ਨਜ਼ਰ ਆ ਰਹੀ ਹੈ। ਔਰਤ ਕੁਲਵਿੰਦਰ ਕੌਰ ਹੈ ਜਿਸ ਨੇ ਕੰਗਣਾ 'ਤੇ ਹਮਲਾ ਕੀਤਾ, ਦਾਅਵਾ ਕੀਤਾ ਤਸਵੀਰ 'ਚੋਂ ਨਜ਼ਰ ਆ ਰਹੀ ਔਰਤ ਕੁਲਵਿੰਦਰ ਨਹੀਂ ਸਗੋਂ ਖੁਦ ਹੈ ਅਤੇ ਤਸਵੀਰ 'ਚੋਂ ਸੋਨੀਆ ਗਾਂਧੀ ਰਾਹੁਲ ਗਾਂਧੀ ਹਮਲਾ ਕਰਨ ਲਈ ਵੱਖ ਵੱਖ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀ ਜਾ ਰਹੀ ਹੈ। ਤਸਵੀਰ 'ਚੋਂ ਕੁਲਵਿੰਦਰ ਕੌਰ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਿਹਾ ਗਿਆ ਹੈ ਜੀ। ਜ਼ਮੀਨੀ ਝਗੜੇ ਨੂੰ ਲੈ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ 8 ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ, 1 ਗੰਭੀਰ ਜ਼ਖਮੀ ਆ। ਸ਼੍ਰੀ ਗੋਇੰਦਵਾਲ ਸਾਹਿਬ ਨੇੜਲੇ ਪਿੰਡ ਮੁੰਡਾ ਪਿੰਡ ਵਿੱਚ ਲੰਘੀ ਦੇਰ ਰਾਤ ਸ਼ਾਮ ਗੋਲੀਆਂ ਮਾਰੀ, 1 ਨੌਜਵਾਨ ਦਾ ਕਤਲ ਕਰਕੇ ਉਸਦੇ ਭਰਾ ਨੂੰ ਤੇਜ਼ ਧਾਰ ਹਥਿਆਰਾਂ ਨਾਲ ਗੰਭੀਰ ਰੂਪ 'ਚ ਜ਼ਖਮੀ ਕਰਤਾ। ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਇੱਕ ਹੀ ਪਰਿਵਾਰ ਦੇ 6 ਲੋਕਾਂ ਸਮੇਤ 8 ਲੋਕਾਂ ਦੇ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਲਿਆ। ਗ੍ਰਿਫਤਾਰੀ ਕੋਈ ਵੀ ਨਹੀਂ ਹੋਈ। 18 ਨੂੰ ਵਾਰਾਨਸੀ ਤੋਂ ਕਿਸਾਨਾਂ ਲਈ 20,000 ਕਰੋੜ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਪ੍ਰਧਾਨ ਮੰਤਰੀ ਮੋਦੀ। ਆਪਣੇ ਸੰਸਦੀ ਹਲਕੇ ਵਾਰਾਨਸੀ 'ਚੋਂ 18 ਜੂਨ ਨੂੰ 20,000 ਕਰੋੜ ਰੁਪਏ ਜਾਰੀ ਕਰਨਗੇ। 17ਵੀਂ ਕਿਸ਼ਤ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਹੈ। ਕੇਂਦਰੀ ਖੇਤੀਬਾੜੀ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕਰਨ ਅਤੇ 30,000 ਤੋਂ ਵੱਧ ਸਵੈ ਸਹਾਇਤਾ ਸਮੂਹ ਕ੍ਰਿਸ਼ੀ ਸ਼ਾਖੀ ਵਜੋਂ ਪ੍ਰਮਾਣ ਪੱਤਰ ਵੀ ਦੇਣਗੇ। ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ, ਸੜਕ ਹਾਦਸੇ 'ਚ ਮਾਰੇ ਗਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਲਾਇਆ ਧਰਨਾ। ਮੋਟਰਸਾਈਕਲ ਦੇ ਟਰਾਲੇ ਵਿੱਚ ਵੱਜਣ ਕਾਰਨ ਮੰਡੀ ਕਲਾਂ ਦੇ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਦੌਰਾਨ ਪੀੜਤ ਪਰਿਵਾਰ ਦੇ ਮੈਂਬਰਾਂ ਵੱਲੋਂ ਕਿਸਾਨ ਯੂਨੀਅਨ ਮਜ਼ਦੂਰ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਟਰਾਲੇ ਦੇ ਮਾਲਕ ਵਿਰੁੱਧ ਮਾਮਲਾ ਦਰਜ ਕਰਕੇ ਧਰਨਾ ਲਾਇਆ ਗਿਆ ਹੈ। ਠੀਕਰੀਵਾਲਾ ਦੇ ਗੁਰੂ ਘਰ ਦੇ ਸਕੱਤਰ ਤੋਂ ਸ਼ਰਾਬੀ ਹਾਲਤ ਵਿੱਚ ਪੰਚਾਇਤ ਨੇ ਲਿਖਵਾਈ ਮਾਫ਼ੀ। ਅੰਮ੍ਰਿਤਧਾਰੀ ਸਕੱਤਰ ਨੂੰ ਸ਼ਰਾਬੀ ਹਾਲਤ ਵਿੱਚ ਨੌਜਵਾਨ ਅਤੇ ਮੋਹਤਵਾਰਾਂ ਨੇ ਕਾਬੂ ਕਰਕੇ ਪੰਚਾਇਤ ਅੱਗੇ ਪੇਸ਼ ਕਰਦਿਆਂ ਲਿਖਤੀ ਮਾਫ਼ੀ ਲਿਖਵਾਈ। ਪੰਚਾਇਤੀ ਲੈਟਰ ਪੈਡ ਦੇ ਇਸ ਮਾਫ਼ੀਨਾਮੇ ਸੰਬੰਧੀ ਪਿੰਡ ਦੇ ਪੰਚ ਮਨਪ੍ਰੀਤ ਨੇ ਦੱਸਿਆ ਕਿ ਪਿੰਡ ਵਿੱਚ ਬਣੇ ਸਮਾਜ ਸੇਵੀ ਕਲੱਬ ਅਤੇ ਕੁਝ ਹੋਰ ਮੋਹਤਵਾਰ ਵਿਅਕਤੀਆਂ ਨੇ ਇਹ ਸ਼ੱਕ ਸੀ ਕਿ ਅੰਮ੍ਰਿਤਧਾਰੀ ਇਤਿਹਾਸਿਕ ਗੁਰਦੁਆਰਾ ਸੇਵਾ ਸਿੰਘ ਠੀਕਰੀਵਾਲ ਦੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੱਤਰ ਹਰਪਾਲ ਸਿੰਘ ਟਿੰਕੂ ਪਟਵਾਰੀ ਸ਼ਰਾਬ ਦਾ ਸੇਵਨ ਕਰਦਾ ਹੈ। ਹਰਿਆਣਾ ਦੇ ਵਿੱਚ ਲੱਗੇ ਭੂਚਾਲ ਦੇ ਝਟਕੇ ਲੋਕ ਘਰਾਂ ਤੋਂ ਬਾਹਰ ਨਿਕਲੇ ਨੇ। ਝੱਜਰ 'ਚ ਸ਼ਨੀਵਾਰ ਭੂਚਾਲ ਆ ਗਿਆ ਸ਼ਾਮ 5 ਵਜੇ ਦੇ ਕਰੀਬ।
ਮਰਹਾਣਾ ਬੇਰੀ ਨੇੜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤੇ ਲੋਕ ਘਰਾਂ ਤੋਂ ਬਾਹਰ ਆ ਗਏ। ਰੈਕਟਰ ਪੈਮਾਨੇ ਦੇ ਭੂਚਾਲ ਦੀ ਤੀਬਰਤਾ 23 ਸੀ, 2.3 ਸੀ। ਅਗਲੀ ਅਪਡੇਟ ਦੋਸਤੋ ਇੰਫਾਲ ਤੋਂ ਆ ਰਹੀ, ਜਿੱਥੇ ਮਣੀਪੁਰ ਦੇ ਮੁੱਖ ਮੰਤਰੀ ਦੇ ਬੰਗਲੇ ਨੇੜੇ ਸਾਬਕਾ IAS ਅਧਿਕਾਰੀ ਦੇ ਘਰ ਨੂੰ ਲੱਗੀ ਅੱਗ। ਸੁਰੱਖਿਆ ਖੇਤਰ ਦੇ ਅੰਦਰ ਸੁਰੱਖਿਆ ਵਿਚਕਾਰ ਓਲਡ ਲਾਂਬੂ ਲੇਨ ਇੰਫਾਲ ਦੇ ਵਿੱਚ ਸਥਿਤ ਮੁੱਖ ਮੰਤਰੀ ਦੇ ਬੰਗਲੇ ਨੇੜੇ ਇੱਕ ਸਾਬਕਾ IAS ਅਧਿਕਾਰੀ ਦੇ ਘਰ ਨੂੰ ਅੱਗ ਲੱਗ ਗਈ, ਜਿਸ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ। ਘਰ ਗੋਆ ਦੇ ਸਾਬਕਾ ਮੁੱਖ ਮੰਤਰੀ ਮੁੱਖ ਸਕੱਤਰ ਮਰਹੂਮ ਥੰਗ ਕੋਪਾਊ ਕੈਪੇਨ ਦਾ ਸੀ। 2005 'ਚ ਥੰਗ ਕਪਾਊ ਦੀ ਮੌਤ ਹੋ ਗਈ। ਘਰ ਉਸਦੇ ਪਰਿਵਾਰ ਦੁਆਰਾ ਕਬਜ਼ਾ ਕਰ ਲਿਆ ਗਿਆ ਸੀ। ਇਹ ਘਰ ਕੁਕੀ ਇਨ ਕੰਪਲੈਕਸ ਦੇ ਨੇੜੇ ਹੈ, ਜੋ ਕਿ ਬਾਬੂਪਾਰਾ ਇੰਫਾਲ ਵਿੱਚ ਮਣੀਪੁਰ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਹੈ। ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਅਸੀਂ ਆਪਣੇ ਜਿਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ। ਅੰਬਾਲਾ ਸਟੇਸ਼ਨ 'ਤੇ ਮਿਲਿਆ ਧਮਕੀ ਭਰਿਆ ਲੈਟਰ। ਜੰਮੂ ਕਸ਼ਮੀਰ 'ਚ 3 ਅੱਤਵਾਦੀ ਘਟਨਾਵਾਂ ਤੋਂ ਬਾਅਦ ਹਰਿਆਣਾ ਦੇ ਅੰਬਾਲਾ ਰੇਲਵੇ ਸਟੇਸ਼ਨ 'ਤੇ ਧਮਕੀ ਭਰਿਆ ਪੱਤਰ ਮਿਲਿਆ, ਜਿਸ ਦੇ ਵਿੱਚ ਜੰਮੂ ਕਸ਼ਮੀਰ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੱਡੀਆਂ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦਾ ਜ਼ਿਕਰ ਹੈ। ਪੱਤਰ 'ਚ ਲਿਖਿਆ ਗਿਆ ਕਿ ਵੈਸ਼ਨੋ ਦੇਵੀ ਮੰਦਰ, ਅਮਰਨਾਥ ਯਾਤਰਾ ਅੱਤਵਾਦੀਆਂ 'ਤੇ ਨਿਸ਼ਾਨੇ 'ਤੇ ਆ। ਜੰਮੂ ਕਸ਼ਮੀਰ ਦੇ ਕਈ ਰੇਲਵੇ ਸਟੇਸ਼ਨ ਵੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹਨ, ਜਿਸ ਵਿੱਚ ਲਿਖਿਆ, ਹੇ ਭਗਵਾਨ ਮੈਨੂੰ ਮਾਫ਼ ਕਰ ਦਿਓ, ਅਸੀਂ ਜੰਮੂ ਕਸ਼ਮੀਰ ਵਿੱਚ ਆਪਣੇ ਜਿਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ। 21 ਜੂਨ ਨੂੰ ਜੰਮੂ ਦੇ ਕਠੂਆ, ਪਠਾਨਕੋਟ, ਬਿਆਸ ਅਤੇ ਬਠਿੰਡਾ ਰੇਲਵੇ ਸਟੇਸ਼ਨਾਂ 'ਤੇ ਬੰਬ ਸੁੱਟਾਂਗੇ। 23 ਜੂਨ ਨੂੰ ਕਟੜਾ, ਵੈਸ਼ਨੋ ਦੇਵੀ, ਅਮਰਨਾਥ ਮੰਦਰ ਅਤੇ ਸ਼੍ਰੀਨਗਰ ਦੇ ਲਾਲ ਚੌਂਕ, ਗੋਲਡਨ ਟੈਂਪਲ, ਹਿਮਾਚਲ ਦੇ ਕਈ ਮੰਦਰਾਂ ਨੂੰ ਬੰਬ ਦੇ ਨਾਲ ਉਡਾਇਆ ਜਾਵੇਗਾ। ਇਸ ਵਾਰ ਅਸੀਂ ਜੰਮੂ ਕਸ਼ਮੀਰ ਅਤੇ ਪੰਜਾਬ ਨੂੰ ਖੂਨ ਦੇ ਨਾਲ ਰੰਗਾਂਗੇ, ਤਾਂ ਹੀ ਰੱਬ ਮੈਨੂੰ ਮਾਫ਼ ਕਰੇਗਾ। ਪੱਤਰ ਦੇ ਵਿੱਚ ਲਸ਼ਕਰੇ ਤੋਬਾ ਦੇ ਏਰੀਆ ਕਮਾਂਡਰ ਦਾ ਨਾਮ ਵੀ ਲਿਖਿਆ ਗਿਆ ਹੈ। ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ, ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਿਹਾ ਜਾਂਦਾ ਹੈ ਜੀ। ਨਦੀ ਦੇ ਵਿੱਚ ਡਿੱਗਾ ਟੈਂਪੂ ਟਰੈਵਲ, 14 ਮੌਤਾਂ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ ਕਰ ਦਿੱਤਾ ਗਿਆ ਹੈ ਜੀ। ਉੱਤਰਾਖੰਡ ਦੇ ਬਦਰੀਨਾਥ ਰਾਜਮਾਰਗ ਦੇ ਇੱਕ ਟੈਂਪੂ ਟਰੈਵਲ ਸੜਕ ਤੋਂ ਤਿਲਕ ਕੇ ਅਲਕਨੰਦਾ ਨਦੀ ਵਿੱਚ ਡਿੱਗਣ ਕਾਰਨ 14 ਸੈਲਾਨੀਆਂ ਦੀ ਮੌਤ ਹੋ ਗਈ ਅਤੇ 12 ਜ਼ਖਮੀ